ਬਚਪਨ ਦੇ ਵੇਲੇ ਬਚਪਨ ਚ ਫੁੱਟੇ ਜਵਾਨ ਹੋਏ ਤਾਂ ਮਿਲੇ ਹਿੱਕੇ ਰਾਤ ਦੀ ਮੁਲਾਕਾਤ ਇੱਕ ਰੋਸ ਕਰੋ ਬਾਜ ਪਿਆ ਦੂਆ ਪੂਆ ਮਨਾਵੇਂ ਬਾਜ ਪਿਆ ਅਗਲਾ ਬੇੜੀ ਚ ਆ ਗਿਆ ਪਿਛਲਾ ਪੱਤਣ ਤੇ ਆ ਗਿਆ ਮਲਾ ਬੇੜੀ ਟੋਰ ਛੱਡੀਏ ਮਲਾ ਬੇੜੀ ਲਈ ਜਾਂਦਾ ਬੇੜੀ ਆ ਕੇ ਦਰਿਆ ਵਿੱਚ ਪਿਛਲਾ ਸਾਧ ਕੇ ਆਉਂਦਾ ਤੇ ਵੰਜਣਾ ਮੇਰੇ ਰੁੱਠੇ ਸੱਜਣ ਖੜਾ ਪਹਿਲੀ ਮਨ ਦਾ ਸਰਦਾਰ ਮਲਾਨ ਬੇੜੀ ਲਈ ਚੱਲ ਜਦੋਂ ਬੇੜੀ ਸਿਆਣਾ ਬੰਦਾ ਬੈਠਾ ਇਸ ਪੂਰੇ ਮਜਮੇ ਸਿਆਣਾ ਬੰਦਾ ਇੱਕ ਹੋ ਸਕਦਾ ਜਾਂ ਆ ਕੇ ਯਾਰ ਆ ਕੇ ਉਹਨਾਂ ਵਰਗਾ ਇੱਕ ਬੈਠਾ ਜੀ ਉਹ ਸਦ ਕੇ ਆਖਿਆ ਮਲਾ ਬੇੜੀ ਤੈਨੂੰ ਮਨਜ਼ਰ ਯਾ ਉਸ ਨੂੰ ਨਾਲ ਚੜਾ ਕੇ ਲਾਇਆ ਯਾ ਇਸ ਨੂੰ ਵਾਪਸ ਲਾਏ ਵਾਣੇ ਬੇੜੀ ਰੁਕੀ ਰੁਕੀ ਕੋਈ ਨਾ ਤੂੰ ਜਾ ਦੌੜਾ ਜੀ ਭਈਆ ਤੇਰੇ ਅੱਛੇ ਦਾ ਜਾਗਦਾ ਬੈਠਾ ਬੈਠਾ ਠੀਕ ਹੈ ਆਖਰੀ ਦੌੜਾ ਬੇੜੀ ਨਾ ਰੁਕੀ ਬੇੜੀ ਦਰਿਆ ਪਾਰ ਵਾਗੇ ਜੀ ਮਲਾਪੁਰ ਛੋੜ ਕੇ ਵਾਪਸ ਆਇਆ ਜਿਹੜਾ ਉਸ ਦਿੰਦਾ ਕਰਤੀ ਉਹਦੇ ਆਖਰੀ ਸਾਹ ਤੇ ਮਲਾ ਨੂੰ ਆਖੇ ਮਲਾ ਸਾਹਿਬ ਬੜਿਆ ਛੱਡੀ ਜਾਵੇਂ ਤੱਕੇ ਆਉਂਦਾ ਹੀ ਉਸ ਆਖਿਆ ਮੰਦਾ ਨਾ ਆਏ ਸਖਾ ਨਾ ਆਉਂਦਾ ਤੂੰ ਕਦਾ ਮਿਲ ਪਈ ਤੇ ਕਿਸੇ ਨੇ ਦੱਸਿਆ ਉਸ ਆਖਿਆ ਦੱਸਾਂ ਕੀ ਉਸ ਆਖਿਆ ਉਹਨੂੰ ਆਖੇ ਸਦਾ ਤਖਤ ਤੇ ਬਖਤ ਸਲਾਮਤ ਰਹਿਣਾ ਮਨਜ਼ਰ ਦੇ ਸੁਗਲ ਬਣਾਉਣਾ ਚਲੋ ਜੀ ਮੈਂ ਤਾਂ ਬੜਾ ਸ਼ਾਲ ਕੀਤਾ ਜਿਹੜਾ ਬੰਦਾ ਪਿੱਛੇ ਬੈਠਾ ਨਾ ਜੀ ਬੜਾ 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 ਛੋਟਾ ਤੇ ਕੋਲ ਹੈ ਕੋਈ ਢੇਡੀ ਸੋਟੇ ਵਰਗਾ ਤੇ ਮੁੰਡਰਿੰਦਾ ਫਿਰਾ ਹੋਇਆ ਜੀ ਪਿਛਲੇ ਢੇਡ ਦੇ ਟੈਕਰ ਨੇ ਤੇਰੇ ਦਿਨ ਤੇਰਾ ਢੇਡ ਤਾਂ ਬੜਾ ਗੰਦਾ ਹੋਇਆ
ਸਾਈਂ ਸੁਣੋ 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 ਸਾਈਂ 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 ਕਿਹੜਾ ਦੌੜਾ 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 ਕਹਿੰਦੇ ਨਾ ਕਹਿੰਦੇ ਨਾ ਜਨਾਬ 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 ਭਾਈ ਤਾਰ ਸ਼ੈਨ 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 ਬੱਟੀ ਸਾਹਿਬ ਦੀ ਨਜ਼ਰ ਦੌੜਾ 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 ਸਾਈਂ 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 ਗੇੜਾ ਕੱਲ ਕੱਲ ਮੇਰੇ ਗੀਤ ਆਈ ਗਾਂਦਾ ਉਹ ਅੱਜ ਕੱਲ ਗੈਰ ਨਿਗਾਹੀ ਮੰਗਦਾ ਹੈ ਉਹਦਾ ਉਗੜਿਆ ਨਾਲ ਦਿਲ ਨਹੀਂ ਲੱਗਦਾ ਤਾਂ ਪਾਰੋ ਹਸਤੀਆਂ ਜਾਈ ਮੰਗਦਾ ਹੈ ਮੇਰੇ ਬਰਾਵਾਂ ਸਾਰਾ ਅਗਲੇ ਪਿਛਲੇ ਪਾਰ ਦਾ ਫਰਕ ਹੈ ਇੰਜ ਮੰਜ਼ਰ ਕਾਣ ਸਜ਼ਾ ਮੰਗਦਾ ਹੈ ਮੈਂ ਸੁਣਿਆ ਸਜੋ ਨਮਾਜ਼ ਦੇ ਵਿੱਚ ਮੇਰੇ ਦੁਸ਼ਮਣ ਕਾਣ ਦੁਆਈ ਮੰਗਦਾ ਹੈ ਸਹੀ ਆਖਰੀ ਦੌੜਾ ਦੌੜਾ ਭਾਈ ਸਾਹਿਬ ਦੀ ਫਰਮਾਇਸ਼ ਤੁਲੇ ਸਾਹਿਬ ਦੀ ਸਾਹਿਬ ਦੀ ਤੁਲੇ ਸਾਹਿਬ ਦੀ ਫਰਮਾਇਸ਼ ਭਾਈ ਸੁਰ ਭਵੇਂ ਵਧੀਏ ਸੁਰ ਜਾਤੇ ਤੇਰੀ ਮਨਸਰ ਮਿੰਨਤ ਕਰੇ ਸੀ ਜੋ ਗੜ ਕੇ ਕਦੀ ਕਿਸੇ ਕਣਾ ਕਨਾਉ ਚਾਹੀ ਤੇ ਹਿੱਤ ਦੇ ਵਕਤ ਦਸੇ ਸੀ ਹਿੰਨੀ ਭੋਂਦੇ ਯਾਰ ਭੰਗੜੇ ਫੇਰੇ ਫੇਰ ਆਇਓ ਜੀਆ ਫੇਰ ਫੇਰੇ ਸੀ ਵਦਾ ਮਾਂ ਪਿਓ ਨੂੰ ਤੂੰ ਚਗਲ ਸਦੇਨਾ ਤੈਨੂੰ ਤੇਰੀ ਔਲਾਦ ਸਦੇ 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 ਮਾਸ਼ਾਅੱਲਾ ਜੀ ਭਰਪੂਰ ਤਾੜੀ ਹੋਣੀ ਚਾਹੀਦੀ ਹੈ।